ਲੱਖਾਂ ਦੀ ਗੱਡੀ ਸੜਦੇ ਵੇਖ ਮਾਲਕ ਦੇ ਅੱਖਾਂ ਚੋਂ ਨਿਕਲੇ ਹੰਝੂ। ਤਾਂ ਵੇਖ ਸਕਦੇ ਹੋ ਕਿ ਇਸ ਸ਼ਖਸ ਦੇ ਸਾਹਮਣੇ ਇਸ ਦੀ ਲੱਖਾਂ ਦੀ ਗੱਡੀ ਸੜ ਕੇ ਰਾਖ ਹੋ ਜਾਂਦੀ ਹੈ ਤੇ ਜਿਸ ਨੂੰ ਵੇਖ ਇਸ ਦੇ ਅੱਖਾਂ ਚੋਂ ਹੰਝੂ ਨਿਕਲ ਜਾਂਦੇ ਨੇ। ਤਾਂ ਦੱਸਦੀ ਹੈ ਕਿ ਗੱਡੀ ਦੇ ਵਿੱਚ 50,000 ਰੁਪਏ ਦੀ ਨਕਦੀ ਅਤੇ ਹੋਰ ਕਈ ਕੀਮਤੀ ਸਮਾਨ ਪਿਆ ਸੀ ਜੋ ਕਿ ਗੱਡੀ ਦੇ ਨਾਲ ਸੜ ਕੇ ਰਾਖ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਸ਼ਖਸ ਚੰਡੀਗੜ੍ਹ ਤੋਂ ਜੰਮੂ ਜਾ ਰਿਹਾ ਸੀ ਤਾਂ ਟਾਂਡਾ ਨਜ਼ਦੀਕ ਇਸ ਦੀ ਗੱਡੀ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਇਹ ਗੱਡੀ ਦੇ ਵਿੱਚੋਂ ਉਤਰ ਕੇ ਮਸਾਂ ਆਪਣੀ ਜਾਨ ਬਚਾਉਂਦਾ ਹੈ ਪਰ ਆਪਣੀ ਗੱਡੀ ਨੂੰ ਨਹੀਂ ਬਚਾ ਪਾਉਂਦਾ ਜਿਸ ਕਾਰਨ ਗੱਡੀ ਦੇ ਵਿੱਚ ਅੱਗ ਇੰਨੀ ਵੱਧ ਗਈ ਕਿ ਉਹ ਵੇਖਦੇ ਹੀ ਵੇਖਦੇ ਸੜ ਕੇ ਰਾਖ ਹੋ ਜਾਂਦੀ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਵੀ ਪਹੁੰਚਦੀ ਹੈ ਪਰ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਮਾਲਕ ਭਾਵੁਕ ਹੋ ਜਾਂਦਾ ਹੈ ਤੇ ਅੱਖਾਂ ਦੇ ਵਿੱਚ ਇਸ ਦੇ ਹੰਝੂ ਆ ਜਾਂਦੇ ਨੇ ਜਦ ਆਪਣੇ ਹੀ ਸਾਹਮਣੇ ਇਸ ਦੀ ਲੱਖਾਂ ਦੀ ਗੱਡੀ ਸੜ ਕੇ ਰਾਖ ਹੋ ਜਾਂਦੀ ਹੈ। ਤਾਂ ਇਸ ਦੇ ਮੁਤਾਬਿਕ ਗੱਡੀ ਦੇ ਵਿੱਚ 50,000 ਤੋਂ ਇਲਾਵਾ ਇੱਕ ਲੈਪਟਾਪ ਵੀ ਸੀ ਤੇ ਕਈ ਹੋਰ ਕੀਮਤੀ ਸਮਾਨ ਵੀ ਮੌਜੂਦ ਸੀ ਜੋ ਕਿ ਗੱਡੀ ਦੇ ਨਾਲ ਹੀ ਸੜ ਕੇ ਰਾਖ ਹੋ ਜਾਂਦਾ ਹੈ। ਤਾਂ ਟਾਂਡਾ ਨਜ਼ਦੀਕ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਸ਼ਖਸ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਜਿਸ ਕਾਰਨ ਅਚਾਨਕ ਹੀ ਉਸਦੀ ਗੱਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ। ਤਾਂ ਜਿਵੇਂ ਹੀ ਉਸਨੂੰ ਇਹ ਪਤਾ ਲੱਗਦਾ ਹੈ ਤਾਂ ਗੱਡੀ ਸਾਈਡ 'ਤੇ ਲਗਾਉਂਦਾ ਹੈ ਅਤੇ ਜਿਸ ਤੋਂ ਬਾਅਦ ਇਹ ਗੱਡੀ ਸੜ ਕੇ ਰਾਖ ਹੋ ਜਾਂਦੀ ਹੈ ਅਤੇ ਇਸ ਸ਼ਖਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਇਸ ਨੂੰ ਵੇਖ ਕੇ ਇਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਜਾਂਦੇ ਨੇ।